mentre Don Ciccio ci ha parlato di gente. E quali feri fanno lì e sono tutti i vicini. Maharani di Sundar Kutra Singhati e Ghe. Maharani non sapevano suonare la stage in cui Sangat Bhagavad Gita Jamina ci fa stito che da chi è. Aggi Haryali Amavas è. Or Kal Mata Chin Mastaka Chin Tumni De Mele De Pavan Pritra Tinshuru Holagene. ਜਿਹੜੇ ਕਿ 12 ਅਗਸਤ ਤੋਂ ਲੈ ਕੇ 18 ਅਗਸਤ ਤੱਕ ਚਿੰਤਪੁਰਨੀ ਮਾਤਾ ਦੇ ਮੇਲੇ ਤੱਕ ਚੱਲਣਗੇ ਮਾਈ ਦੇ ਦਰਬਾਰ ਦੀਆਂ ਰੌਣਕਾਂ ਔਰ ਭਗਵਤ ਦੇ ਚਰਨਾਂ 'ਚ ਬੈਠ ਕੇ ਮਾਂ ਦਾ ਸੋਹਣਾ ਸ਼ਿੰਗਾਰ ਕਰਕੇ ਭਗਵਤ ਦੇ ਚਿੰਨ ਮਸਤਕਾ ਚਿੰਤਪੁਰਨੀ ਸਭ ਦੀਆਂ ਚਿੰਤਾਵਾਂ ਦਾ ਨਿਵਾਰਨ ਕਰੇ ਔਰ ਜੋ ਜੋ ਸੱਚੇ ਸ਼ਰਧਾ ਲੈ ਕੇ ਭਗਵਤ ਦੇ ਪਾਵਨ ਦਰਬਾਰ 'ਚ ਆ ਕੇ ਮਾਂ ਦੀ ਹਾਜ਼ਰੀ ਦੀ ਬੈਠੇ ਹਨ ਮਾਤਾ ਰਾਣੀ ਸਭ ਨੂੰ ਤੰਦਰੁਸਤੀ ਬਖਸ਼ ਕੇ ਸੁਖ ਸਮ੍ਰਿਤੀ ਦੇ ਕੇ ਨਿਹਾਲ ਕਰਕੇ ਚੋੜੀਆਂ ਪਰ ਆਓ ਸਭ ਤੋਂ ਪਹਿਲੇ ਕੋਈ ਫੇਰ ਫਿਰ ਕੇ ਮਹਾਰਾਣੀ ਦੇ ਪਾਦ ਵਿੱਚ ਕਾਲ ਕਰ ਕੇ ਘੋਸ਼ ਕਰੀਏ ਤਾਂ ਕਿ ਮਾਤਾ ਰਾਣੀ ਪ੍ਰਸੰਨ ਹੋਵੇ ਔਰ ਭਗਵਤ ਦੀ ਮਾਤਾ ਦੀ ਚਰਨ ਚ ਮੈਂ ਕਿ ਮਾਂ ਦੀ ਹਾਜ਼ਰੀ ਲਗਾ ਕੇ ਰਸਤਾ ਨੂੰ ਪੂਰਨ ਕਰੀਏ ਕੋਈ ਪ੍ਰੇਮ ਨਾਲ ਫਿਰ ਕੇ ਮਾਤਾ ਦੇ ਘੋਸ਼ ਕਰੀਏ ਹੇ ਮਈ ਸੱਚੀਆਂ
Thank you.
ਸਾਖੀਆਂ ਜੋਤਾ ਵਾਲੇ ਮਾਤਾ ਮੇਰੀ ਸਰਾਇ ਮਾਂ ਦਾ ਮੇਲਾ ਆ ਰਿਹਾ ਹੈ ਚਿੰਤਪੁਰਨੀ ਚਿੰਮਸਕਾ ਸਭ ਦਾ ਕਲਿਆਣ ਕਰਨ ਵਾਲੀ ਜਗਤ ਜਨਨੀ ਸਭ ਦੀਆਂ ਚਿੰਤਾ ਦਾ ਨਿਵਾਰਨ ਕਰਨ ਵਾਲੀ ਜਿਸ ਦੇ ਦਰਬਾਰ ਤੇ ਹਰ ਸਾਲ ਸੁੰਦਰ ਸੁੰਦਰ ਚੱਲੇ ਬਣਾ ਕੇ ਭਗਤ ਝੁਲਾਉਂਦੇ ਨੇ ਔਰ ਮਾਈ ਸੋਹਣਾ ਸ਼ਿੰਗਾਰ ਕਰਕੇ ਬੈਠਦੀ ਹੈ ਦਰਸ਼ਨ ਦਿੰਦੀ ਹੈ ਭੇਟਾ ਲੈਂਦੀ ਹੈ ਕਲਿਆਣ ਕਰਦੀ ਹੈ ਮਾਈ ਦੇ ਦਰਬਾਰ ਦੀ ਸ਼ੋਭਾ ਹੈ ਕੱਲ ਤੋਂ ਮਾਂ ਦੇ ਨਰਾਤੇ ਸਾਵਨ ਨਰਾਤੇ ਵੀ ਸ਼ੁਰੂ ਹੋਣ ਵਾਲੇ ਨੇ ਆਓ ਮਿਲ ਕੇ ਸਜਨ ਮਿਲਿਆ ਚੜ ਚੜ ਪਿਆ ਹੋ ਗਏ ਮੁਖੜੇ ਲਾਲ ਗੁਲਾਲ ਚੱਲ ਭਗਤਾ ਦੇਵਾ ਪਰਸੀਏ ਚਿੰਤਾ ਪੁਰਨੀ ਦੇ ਪਰਿਆ ਮਹਾਮਾਈ ਕਲਿਆਣ ਕਰੇ ਸਭ ਦੀਆਂ ਚੋਰੀਆਂ ਪਰੇ ਸਭ ਮੰਗਲ ਕਰੇ ਆਓ ਸ੍ਰੀ ਦੇਵ ਜੀ ਮਹਾਰਾਜ ਦੇ ਪਾਵਨ ਚਰਨ ਚ ਮਿਲ ਕੇ ਪਿਆਰੀ ਰਚਨਾ ਗਾ ਕੇ ਉਹਨਾਂ ਨੂੰ ਪ੍ਰਸੰਨ ਵਦਨ ਕਰਕੇ ਫਿਰ ਮਿਲ ਕੇ ਮਾਈ ਦੇ ਦਰਬਾਰ ਚ ਬੈਠ ਕੇ ਮਾਂ ਦਾ ਗੁਣਗਾਨ ਗਾਵਾਂਗੇ ਸ੍ਰੀ ਗਣੇਸ਼ ਜੀ ਦੇ ਚਰਨਾਂ ਚ ਪਾਵਨ ਪ੍ਰਾਪਤ ਕਵੀ ਕੇ ਸਾਰੇ ਸੰਗਤ ਜੀ ਦਾ ਜੋ
गौरी नंदन कुमार सुख प्यारे नीतीश महाराज सब मस्त विघ्नों का नाश करने वाले रिद्धि सिद्धि प्रदान करने वाले सब संकट निवारण वाले हैं। आओ प्रेम का एक बार फिर उन्होंने पावन सजदे विच प्यारे प्यारे बोल मिलके ताली बजा के जोर नाल प्रेम का विवरण चल रहा है। माई के नाम बैठ के बहुत ही पवावन पवित्रतम सावन का महीना मां सोना सिंगार करके हर सावन सब महत्ता देती है छू देती है सबके संकटों दूर करती है। नतमस्तक होके प्रार्थना करके मां दे जिन पुण्य के दरबार सदे विच बैठ के बड़े ही प्रेम प्यारे प्यारे बोल गुरु उस्ताद जी ने एक एक बोल सुन के प्रेम गा के रस्ता पवित्र करके पवित्र चरण चुका के सारी संगत ने हाजिरी बता Thank you.
ਸਾਰੇ ਸਾਰੇ ਲਗੇ ਆ ਇੱਕ ਦੂਜੇ ਨੂੰ
Thank you.
Thank you.
ਕਿੱਕਾ ਬਾਜੂ ਹੰਜ ਹੁੰਦੇ ਆ ਪਰਾਂਦਾ ਏ ਮਨ ਨੇ ਚੌਂਕ ਚੋਲ ਫੁੱਲਾਂ ਦਾ ਲਿਆਂਦਾ ਏ ਮਨ ਕਿਸ ਤਰ੍ਹਾਂ ਆਈ ਹੈ ਕਿਉਂਕਿ ਮਾਂ ਦਾ ਸਾਵਣ ਗਾਣਾ ਹੈ ਮਾਂ ਨੂੰ ਸਾਵਣ ਸਜਾਣਾ ਹੈ ਕਿਸ ਤਰ੍ਹਾਂ ਆਉਂਦੀ ਹੈ ਨੱਚਦੀ ਤੇ ਗਾਉਂਦੀ ਮਲ ਨੱਚਦੀ ਤੇ ਗਾਉਂਦੀ ਮਲ ਚਾਚੜਿਆ ਮਾਲਣ ਤੋਂ ਟੰਗ ਸਿੱਖ ਮਾਲਣ ਤੋਂ ਟੰਗ ਸਿੱਖ ਮਾਲਣ ਤੋਂ ਟੰਗ ਸਿੱਖ ਮਾਲਣ ਤੋਂ ਟੰਗ ਸਿੱਖ ਮਈਆ ਨੂਰੀ ਥਾਂ ਜਿਹਨੂੰ ਜਿਹਨੂੰ ਜੋ ਜੋ ਚਾਹੀਦਾ ਹੈ ਉਸਦੇ ਮਨ ਦੀ ਉਹ ਅਭਿਲਾਸ਼ਾ ਨਹੀਂ ਕਰੋ
हे जगत जननी कल्याण करनी चिन्मस्का भवानी मां तेरी पावन सूचना में सब दे देती है कि 20 सितंबर को जाना है जिन्ना जिन्ना ने जाना है फटाफट तैयारी अपनी कर लो तो वो प्रेम से जय माता दी जय माता सृष्टि की रचयिता है ब्रह्मांड की मालक है चल मैया के दर चल के असी अर्जन सुना लाइए जन्मां दी बात बिगड़ी मुमकिन है बना पाई माता दे दरबार आओ सुंदर जी भगत दे चरण च स्वर्ग श्री राम लाल दी रात बैठी प्रेम नाल भगत दे चरण च के रसना पुत्र करके मांग मंगल सकते कर जन्मी हाथ
ਸ਼ਿੰਗਾਰ ਦੀ ਮਾਂ ਦੀ ਮਹਿੰਦੀ ਦਾ ਹੈ ਰੰਗ ਥੋੜਾ ਲਾਲ ਮਹਿੰਦੀ ਸੋਹਣੇ ਬਾਗਾਂ ਦੀ ਮਹਿੰਦੀ ਰੰਗਲੀ ਦੀ ਰੰਗਤ ਕਮਾਲ ਤੇ ਮਹਿੰਦੀ ਸੋਹਣੇ ਬਾਗਾਂ ਦੀ ਮਾਂ ਦੇ ਬਾਗਾਂ ਦੀ ਖੁਸ਼ਬੂ ਹੈ ਸਾਵਨ ਦੀ ਬਹਾਰ ਹੈ ਮਾਂ ਦਾ ਸ਼ਿੰਗਾਰ ਹੈ ਔਰ ਭਗਵਤ ਦਾ ਦੀਦਾਰ ਕਰਨ ਲਈ ਜਿੰਨੀ ਸੰਗਤ ਬੈਠੀ ਹੈ ਆਓ ਮਾਂ ਦੇ ਸੋਹਣੇ ਸ਼ਿੰਗਾਰ ਵਿੱਚ ਬੈਠ ਕੇ ਭਗਵਤ ਦੀ ਉਸਤਤ ਗਾ ਕੇ ਰਸਨਾ ਨੂੰ ਪਵਿੱਤਰ ਕਰਕੇ ਮਾਂ ਦਾ ਨਾਮ ਲੈ ਕੇ ਆਪਣੀ ਦਰਬਾਰ ਦੇ ਵਿੱਚ ਭਗਵਤ ਦੇ ਅੰਦਰ ਹਾਜ਼ਰੀ ਲਗਾਈਏ ਪਿਆਰੇ ਪਿਆਰੇ ਬੋਲ ਇੱਕ ਹੋਰ ਪਿਆਰੀ ਪਿਆਰੀ ਮੰਦਰਾ ਸੁੰਦਰ ਜੀ ਮਾਂ ਦੇ ਚਰਨਾਂ ਮਾਂ ਦੀ ਮਹਿੰਦੀ ਦਾ ਹੈ ਰੰਗ ਥੋੜਾ ਲਾਲ ਮਹਿੰਦੀ ਸੋਹਣੇ ਬਾਗਾਂ ਦੀ ਗਾਰੇ ਹਾਂ ਪ੍ਰੇਮਾ ਲਾਓ ਮਿਲਦਾ ਭਗਵਤ ਦੇ ਚਰਨਾਂ ਚ Thank you.
Give me my love, my love, my love, my love.
ਸੁੰਦਾਲੀ ਜੀ ਮਹਾਰਾਣੀ ਦੇ ਪਾਵਨ ਚਰਨਾਂ ਚ ਪਾਵਨ ਪੁੱਤਰ ਅੰਦਰਾਂ ਗਾ ਰਹੇ ਹਨ। ਇਹ ਤੇਰਾ ਮੇਲਾ ਆ ਰਿਹਾ ਹੈ, ਚਿੰਤਪੁਰਨੀ ਮਾਤਾ ਦੇ ਦਰਬਾਰ ਤੇ ਜਾਣ ਦੇ ਦਿਨ ਆ ਗਏ ਨੇ। ਕਹੋ ਪ੍ਰੇਮ ਸੇ ਜੈ ਮਾਤਾ ਜੀ। ਅੱਜ ਅਮਾਵਸ ਦਾ ਦਿਨ ਹੈ, ਕੱਲ ਸ਼ੁਕਲ ਪਕਸ਼ ਦੇ ਜਿਹੜੇ ਮਾਂ ਦੇ ਸਾਵਨ ਦੇ ਨਰਾਤੇ ਸ਼ੁਰੂ ਹੋ ਰਹੇ ਨੇ, ਔਰ ਬੜੇ ਹੀ ਪ੍ਰੇਮ ਦੇ ਨਾਲ ਮਹਾਰਾਣੀ ਦੀ ਹਾਜ਼ਰੀ ਜਿਹੜੀ ਜਿਹੜੀ ਸੰਗਤ ਨੇ ਜਾ ਕੇ ਭਰਨੀ ਹੈ। ਕੋਈ ਜਾ ਸਕਦਾ, ਕੋਈ ਨਹੀਂ ਜਾ ਸਕਦਾ, ਕੋਈ ਉਲਝਣਾਂ ਚ ਪੈ ਰਿਹਾ, ਕੋਈ ਕਿਸੇ ਦੇ ਪੈ ਰਿਹਾ, ਉਹ ਵੀ ਕਹਿ ਰਿਹਾ ਕਿ ਵੇ ਸੰਤਾਂ ਲੈ ਚੱਲ ਮਾਂ ਦੇ ਕੋਲ, ਮੈਂ ਬਿਨ ਨੈਣਾ ਰਿਹਾ ਜੋ ਨਜ਼ਰ ਨਹੀਂ ਆਉਂਦਾ, ਮੈਨੂੰ ਮਾਂ ਦੇ ਕੋਲ ਲੈ ਜਾ, ਮਾਤਾ ਰਾਣੀ ਸਭ ਨੂੰ ਜੋਤੀ ਬਖਸ਼ਦੀ ਹੈ, ਮੇਰੇ ਵੀ ਨੈਣਾ ਚ ਉਜਾਲਾ ਬਖਸ਼ੇ, ਮੈਂ ਵੀ ਮਾਤਾ ਦੇ ਦਰਸ਼ਨ ਕਰਕੇ ਨਿਹਾਲ ਹੋਵਾਂ, ਔਰ ਮਾਂ ਦਾ ਸੁੰਦਰ ਸ਼ਿੰਗਾਰ ਦੇਖ ਕੇ ਮੇਰੇ ਵੀ ਮਨ ਨੂੰ ਪ੍ਰਸੰਨ ਲਗਨ ਔਰ ਬੜੀ ਹੀ ਪ੍ਰਫੁੱਲਤਾ ਮਿਲੇ। ਲਾਲੀ ਜੀ ਭਗਵਤ ਚਰਨਾਂ ਚ ਸੁਰਗੇ, ਸ਼੍ਰੀ ਰਾਮ ਪ੍ਰਕਾਸ਼ ਜੀ ਨਾਸ ਦੀ ਲਿਖੀ ਰਾਤ ਜਾਣਗੇ। ਆਓ ਪ੍ਰੇਮ ਨਾਲ ਭਗਵਤ ਦੇ ਪਾਵਨ ਦਰਬਾਰ ਦੇ ਵਿੱਚ ਬੈਠ ਕੇ ਬੇਦਰਸਾ ਸਵਾਗਤ ਕਰੀਏ, ਔਰ ਮਿਲ ਕੇ ਮਾਂ ਦੇ ਚਰਨ ਮਾਂ ਦਾ ਮੰਗਲ ਗਾ ਕੇ ਹਾਜ਼ਰੀ ਲਿਖੀਏ। ਕੀ ਨੇ ਨਾ
हेलो हेलो आप 12 तारीख कल संकीर्तन की सूचना है परवारी लाल जी गांगी इतने सारा दुर्गैना मंदिर शाम में तो सबने उठे पहुंचो तो आओ हम मिल के महारानी के चरण जी छोटी आराधना करके फिर बाबा जी ने प्रसन्न करके सावन का महीना है तो उस तो बाद फिर भोग पावे चनाव प्रसाद लेके जाना सबने तेरे भगतान ने मेले लाए माई तेरे पवन उत्ते तेरा इंद्र मीह बरसाए माई तेरे पवन ते बड़े प्यारे बोल परमात्मा जी ने भी कल गाना उसे उन्होंने भी सुनने वास्ते सबने जाना कहो प्रेम से जाना फोटो बदल जाती एक मिनट तेरे पगतान मेले लाए भैया तेरे पौने Yeah.
ਮਹਾਰਾਣੀ ਦੇ ਦਰਬਾਰ ਵਿੱਚ ਜਾ ਕੇ ਆਓ
मिलके माता मंगल गाइए जाके हाजिर लगाइए 20 सितंबर नु डेरा जा रहे है माई सब का कल्याण करे सब नु खुले खुले दर्शन दे एक छोटा जा भजन 10 मिनट बस्ते बाबा जी चरण छके के फिर समापन बड़े ही प्रेम के नाल माता के चरण छके के भोले बाबा दी हाजिर लगाइए रस्ता Oh,
ਜੈਕਾਰਾ ਪੀਰ ਵਜਰੰਗੀ ਮੇਰੇ ਮਾਤਾ ਜੀ ਤੇਰੀ ਰਹਿ ਛੱਡ ਕੇ ਮੈਂ
ਮਹਾਰਾਜ ਨੇ ਸਭ ਦਾ ਕਲਿਆਣ ਕਰੇ, ਸਭ ਦੇ ਸੰਸਾਰ ਚ ਸਭ ਦੇ ਜੀਵਨ ਜਿਸ ਤਰ੍ਹਾਂ ਹੀ ਪਵਿੱਤਰ ਸ਼ਿੰਗਾਰ ਕਰੇ, ਖੁਸ਼ੀਆਂ ਬਖਸ਼ੇ, ਪ੍ਰਸੰਨਤਾ ਦੇਵੇ, ਪ੍ਰਫੁੱਲਤਾ ਦੇਵੇ, ਸਮ੍ਰਿਤੀ ਦੇਵੇ, ਐਸ਼ਵਰਯ ਦੇਵੇ, ਕਲਿਆਣ ਕਰੇ, ਸਭ ਦੇ ਸੰਕਟਾਂ ਦਾ, ਸਭ ਦੇ ਦੁੱਖ ਲਿਦਾਂ ਦਾ ਨਾਸ਼ ਕਰੇ। ਮਾਂ ਦੇ ਚਰਨਾਂ ਚ ਮੈਂ ਪ੍ਰਾਰਥਨਾ ਕਰਕੇ ਆਓ ਸੁੰਦਰ ਜਿਹਾ ਗਾਣਾ ਹੋਵੇ ਦਰਬਾਰ ਚ ਚਿੰਤਾ ਦਾ ਨਿਵਾਰਨ ਕਰਨ ਵਾਲੀਆਂ ਮਾਤਾ